ਯੂਐਸਏ ਦੀ ਵੱਡੀ ਆਈਟੀ ਕੰਪਨੀ ਨੇ ਕਹਿਤਾ ਵੀ ਜਿੰਨੇ ਵੀ ਨਲਾਇਕ ਬੰਦੇ ਹੈਗੇ ਉਹਨਾਂ ਨੂੰ ਅਸੀਂ ਬਾਹਰ ਕੱਢ ਦੇਣਾ ਜਿਨ੍ਹਾਂ ਨੂੰ ਕੁਝ ਆਉਂਦਾ ਜਾਂਦਾ ਨਹੀਂ ਹੈਗਾ ਤੇ ਇੰਡੀਅਨ ਵੀ ਕੁਝ ਕੱਢੇ ਆ ਤੇ ਕੁਝ ਯੂਐਸਏ ਦੇ ਬੰਦੇ ਕੱਢੇ ਆ ਜੀ ਬਿਲਕੁਲ ਬ੍ਰਾਦਰ ਸਾਹਿਬ ਯੂਐਸ ਦੀ ਇੱਕ ਵੱਡੀ ਆਈਟੀ ਕੰਪਨੀ ਆ ਇਹਨਾਂ ਨੇ ਅਨਾਉਂਸਮੈਂਟ ਕੀਤੀ ਆ ਕਿ ਸਾਨੂੰ ਤਾਂ ਖਾਸ ਸਕਿੱਲ ਸੈੱਟ ਦੇ ਬੰਦੇ ਚਾਹੀਦੇ ਆ ਜਿਨ੍ਹਾਂ ਨੂੰ ਉਹ ਨਹੀਂ ਆਉਂਦਾ ਉਹਨਾਂ ਨੂੰ ਅਸੀਂ ਨਹੀਂ ਰੱਖਣਾ ਇਹ ਨਹੀਂ ਗੱਲ ਕਹਿ ਕਿ ਇਹਨਾਂ ਨੇ ਲੇਆਫ ਦਾ ਅਨਾਉਂਸ ਕੀਤਾ ਆ ਦੀ ਲੇਆਫ ਦੇ ਵਿੱਚ ਜਿਹੜੀ ਵੱਡੀ ਛੱਟ ਵੱਜਣੀ ਆ ਉਹ ਯੂਐਸ ਦੇ ਜਿਹੜੇ ਕੁਝ ਹੈਗੇ ਆ ਇਹਨਾਂ ਦੇ EMPLOYES ਤੇ ਬਾਕੀ ਹੈਗੇ ਆ ਇੰਡੀਆ ਦੇ ਨਾਲ ਰਿਲੇਟਡ EMPLOYES ਉਹਨਾਂ ਨੂੰ ਇਹਨਾਂ ਵੱਲੋਂ ਬਾਏ ਬਾਏ ਕਹਿ ਦਿੱਤਾ ਗਿਆ ਹੈ ਇਸ ਵੱਡੀ ਆਈਟੀ ਕੰਪਨੀ ਦਾ ਨਾਮ ਹੈਗਾ ਜੀ EXL ਬਹੁਤ ਨਾਮੀ ਕੰਪਨੀ ਆ ਆਈਟੀ ਫੀਲਡ ਦੇ ਵਿੱਚ ਇਹਨਾਂ ਦਾ ਬਹੁਤ ਨਾਮ ਆ ਤੇ ਨਿਊਯਾਰਕ ਬੇਸਡ ਇੱਕ ਕੰਪਨੀ ਹੈਗੀ ਹੈ ਹੁਣ ਇਹਨਾਂ ਨੇ ਫੈਸਲਾ ਇਹ ਕੀਤਾ ਹੈ ਕਿ ਆਪਣੇ ਆਪਰੇਸ਼ਨਸ ਨੂੰ ਰੀਸਟਰਕਚਰ ਕਰਨਗੇ ਕਿਉਂਕਿ ਜਨਰੇਟਿਵ AI ਦੀ ਡਿਮਾਂਡ ਲਗਾਤਾਰ ਬੜਾ ਸਾਬ ਵਧਦੀ ਆ ਰਹੀ ਆ ਆਪਾਂ ਵੀ ਕਈ ਸਾਰੇ ਸ਼ੋਜ਼ ਦੇ ਵਿੱਚ ਇਹ ਗੱਲਬਾਤ ਕੀਤੀ ਆ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਜਿਹੜੀ AI ਦੀ ਡਿਮਾਂਡ ਆ ਗਰੋਇੰਗ ਡਿਮਾਂਡ ਨੂੰ ਮੀਟ ਕਰਨਾ ਉਹਦੇ ਲਈ ਸਾਨੂੰ ਜ਼ਰੂਰੀ ਆ ਕਿ ਆਪਰੇਸ਼ਨਸ ਦੇ ਵਿੱਚ ਕੁਝ ਚੇਂਜਸ ਲੈ ਕੇ ਆਈਏ ਇਹਦੇ ਚੱਲਦਿਆਂ ਇਹਨਾਂ ਨੇ 800 EMPLOYEES ਨੂੰ ਬਾਹਰ ਕੱਢਣ ਦੀ ਅਨਾਊਂਸਮੈਂਟ ਕਰ ਦਿੱਤੀ ਆ ਜੇ ਟੋਟਲ ਸਟਰੈਂਥ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੋਲੇ ਗਲੋਬਲੀ 55000 ਤੋਂ ਵੱਧ EMPLOYEES ਹੈਗੇ ਆ ਇਸ ਇਸ ਕਰਕੇ ਕੰਪਨੀ ਬਹੁਤ ਵੱਡੀ ਬਣ ਜਾਂਦੀ ਆ ਹੁਣ ਕਹਿੰਦੇ ਕਿ 800 EMPLOYEES ਨੂੰ ਕੱਢ ਕੇ 400 ਨੂੰ ਤਾਂ ਪੱਕੇ ਤੌਰ ਤੇ ਕੱਢ ਦੇਣਾ ਤੇ ਬਾਕੀ ਦੇ ਜਿਹੜੇ 400 ਆ ਉਹਨਾਂ ਨੂੰ ਇੱਕ ਆਪਸ਼ਨ ਦੇ ਦੇਣਾ ਜੇ ਉਹਨਾਂ ਨੇ ਰੀ ਹਾਇਰ ਹੋਣਾ ਤਾਂ ਉਹ ਜਿਹੜਾ ਸਾਨੂੰ ਸਕਿੱਲ ਸੈਟ ਚਾਹੀਦਾ ਉਹ ਸਿੱਖ ਲੈਣ ਅਦਰਵਾਈਜ਼ 400 ਨੂੰ ਅਸੀਂ ਦੂਜੇ ਆਪਰੇਸ਼ਨਸ ਦੇ ਵਿੱਚ ਭੇਜ ਦੇਾਂਗੇ ਪਰ 400 ਨੂੰ ਪੱਕੇ ਤੌਰ ਤੇ ਅਸੀਂ ਕੱਢ ਦੇਣਾ ਹੈ ਜਿਹੜੇ 400 ਨੂੰ ਅਸੀਂ ਰੱਖਣਾ ਉਹਨਾਂ ਨੂੰ ਵੀ ਸਕਿੱਲ ਆਉਣੀ ਬੜੀ ਜ਼ਰੂਰੀ ਹੈ ਸਕਿੱਲ ਦੀ ਗੱਲ ਕਰੀਏ ਜਿਹੜੇ ਇਹ ਰਾਈਟ ਨਾਓ ਜਿਹੜਾ ਕੰਮ ਕਰ ਰਹੇ ਸੀ ਉਸੇ ਬਰਾੜ ਸਾਹਿਬ ਡਾਟਾ ਐਨਾਲਿਟਿਕਸ ਦੇ ਨਾਲ ਰਿਲੇਟਿਡ ਤੇ ਡਿਜੀਟਲ ਆਪਰੇਸ਼ਨ ਦੇ ਨਾਲ ਰਿਲੇਟਿ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਅਸੀਂ ਨਿਊ ਹਾਇਰਿੰਗਸ ਕਰ ਰਹੇ ਹਾਂ ਪੁਰਾਣੇ ਬੰਦੇ ਜਿਹੜੇ ਸਾਡੇ ਕੰਮ ਨਹੀਂ ਆਉਂਦੇ ਉਹਨਾਂ ਨੂੰ ਅਸੀਂ ਕੱਢਦੇ ਜਾਣਾ ਤੇ ਨਵੀਆਂ ਹਾਇਰਿੰਗਸ ਅਸੀਂ ਕਰਨੀਆਂ ਸਕਿਲਡ ਵਰਕਰ ਖਾਸ ਤੌਰ ਤੇ ਜਿਹੜੇ ਐਡਵਾਂਸ ਡਾਟਾ AI ਜਨਰੇਟਿਵ AI ਦਾ ਐਕਸਪੀਰੀਅੰਸ ਬੰਦੇ ਜਿਹੜੇ ਰੱਖਦੇ ਐ ਉਹਨਾਂ ਲਈ ਕੰਪਨੀ ਦੀਆਂ ਬਾਹਾਂ ਖੁੱਲੀਆਂ ਨੇ ਉਹ ਜਦੋਂ ਮਰਜ਼ੀ ਆ ਕੇ ਇੱਥੇ ਜੁਆਇਨ ਕਰ ਸਕਦੇ ਐ ਕੰਪਨੀ ਦੇ ਜੇ ਟੌਪ ਅਫੀਸ਼ੀਅਲਸ ਦੀ ਗੱਲ ਕਰੀਏ ਤਾਂ ਤਿੰਨ ਇੰਡੀਅਨ ਹੈਗੇ ਨੇ ਇੱਕ ਰੋਹਿਤ ਕਪੂਰ ਆ ਇੱਕ ਵਿਕਾਸ ਭੱਲਾ ਇੱਕ ਵਿਵੇਕ ਜੇਟਲੀ ਐ ਇਹ ਕੰਪਨੀ ਦੀ ਬਰਡਸਾਪ 2020 ਤੱਕ ਸਟਰੈਂਥ 30000 ਦੇ ਨੇੜੇ ਤੇੜੇ ਸੀਗੀ ਕੋਵਿਡ ਤੋਂ ਬਾਅਦ ਇਹਨਾਂ ਨੇ ਅੰਨੇਵਾਹ ਭਰਤੀਆਂ ਕੀਤੀਆਂ 22000 ਬੰਦੇ 2020 ਤੋਂ ਬਾਅਦ ਬਾਅਦ ਇਹਨਾਂ ਨੇ ਹਾਇਰ ਕਰ ਲਏ ਸੀਗੇ ਦੇਖੋ ਜੀ ਜੇ ਆਪਾਂ ਗੱਲ ਕੀਤੀ ਜਾਵੇ ਵੀ ਇੱਕ ਆਈਟੀ ਵਾਲਾ ਬੰਦਾ ਹੁੰਦਾ ਉਹਨੂੰ ਕਹਿ ਦਿੰਦੇ ਆ ਪੈਸੇ ਬੜੇ ਮਿਲਦੇ ਆ ਪਰ ਇਹ ਵੀ ਗੱਲ ਸੱਚਾਈ ਹੈ ਵੀ ਪੈਸੇ ਚਾਹੇ ਮਿਲਦੇ ਆ ਪਰ ਉਹਨਾਂ ਨੂੰ ਆਪਦੇ ਆਪ 'ਚ ਇੰਨਾ ਕਪਡੇਟ ਰੱਖਣਾ ਪੈਂਦਾ ਤਾਂ ਕਿ ਉਹਨਾਂ ਨੂੰ ਕੋਈ ਕੱਢ ਨਾ ਸਕੇ ਜਾਂ ਕੱਢ ਨਾ ਦੇਵੇ ਉਕੇ ਉਹਨਾਂ ਨੂੰ ਜੇ ਅਪਡੇਟ ਨਹੀਂ ਹੁੰਦੇ ਤਾਂ ਬੜੀ ਛੇਤੀ ਛੁੱਟੀ ਕਰ ਦਿੱਤੀ ਜਾਂਦੀ ਹੈ ਐਗਜ਼ਾਮਪਲ ਆਪਣੇ ਸਾਹਮਣੇ ਹੀ ਹੈ ਸੋ ਜਿਹੜਾ ਆਈਟੀ ਦਾ ਕੰਮ ਹੈਗਾ ਚਾਹੇ ਪੈਸੇ ਬਣਦੇ ਆ ਪਰ ਇਹਦੇ ਵਿੱਚ ਅਪਡੇਸ਼ਨ ਬਹੁਤ ਜ਼ਰੂਰੀ ਹੈ ਬਿਲਕੁਲ ਬ੍ਰਾਟ ਸਾਹਿਬ ਇਹ ਫੀਲਡ ਬਹੁਤ ਜ਼ਿਆਦਾ ਵਾਸਟ ਹੈ ਇਹਦੇ ਵਿੱਚ ਆਏ ਦਿਨ ਕੁਝ ਨਾ ਕੁਝ ਨਵਾਂ ਆਉਂਦਾ ਰਹਿੰਦਾ ਤੇ ਜਿਹੜੀ ਇੱਕ ਕੰਪਨੀ ਕਿਸੇ ਬੰਦੇ ਨੂੰ ਪੇ ਕਰ ਰਹੀ ਹੈ ਤੁਸੀਂ ਜਿਵੇਂ ਕਿਹਾ ਕਿ ਪੈਸੇ ਬਹੁਤ ਬਣਦੇ ਆ ਮੋਟੀਆਂ ਸੈਲਰੀਆਂ ਨੇ ਜਿਹੜਾ ਕੋਈ এমਪਲੋયર ਆਪਣੇ এমਪਲੋਈ ਨੂੰ ਵਧੀਆ ਸੈਲਰੀ ਦੇ ਰਿਹਾ ਉਹ ਤੋਂ ਉਮੀਦ ਵੀ ਰੱਖ ਰਿਹਾ ਕਿ ਜਿਹੜੀ ਵੀ ਨਵੀਂ ਟੈਕਨੋਲੋਜੀ ਆ ਰਹੀ ਹੈ ਜਿਹੜੀ ਵੀ ਨਵੀਂ ਕੋਈ ਐਡਵਾਂਸਡ ਟੈਕਨਿਕ ਆ ਰਹੀ ਹੈ ਇਹ ਮੇਰੇ ਇਸ এমਪਲੋਈ ਨੂੰ ਹੋਣੀ ਚਾਹੀਦੀ ਹੈ ਫਿਰ ਉਹ ਨਾਲ ਦੀ ਨਾਲ ਉਹਨਾਂ ਤੇ ਬਰਡਨ ਬੋਝ ਵੀ ਉਸੇ ਤਰੀਕੇ ਦਾ ਪਾਉਂਦੇ ਰਹਿੰਦੇ ਆ ਸਮੇਂ-ਸਮੇਂ ਤੇ ਉਹਨਾਂ ਨੂੰ ਇਹ ਕਹਿੰਦੇ ਰਹਿੰਦੇ ਕਿ ਫਲਾਣੀ ਚੀਜ਼ ਦੀ ਲੋੜ ਆ ਭਾਈ ਇੰਨੇ ਦਿਨਾਂ ਦੇ ਵਿੱਚ ਆ ਸਕਿੱਲ ਸਿੱਖ ਲਓ ਤੇ ਜੇ ਕੋਈ ਨਹੀਂ ਸਿੱਖਦਾ ਜੇ ਕੋਈ ਆਊਟਡੇਟਡ ਹੋ ਜਾਂਦਾ ਉਹਨਾਂ ਨੂੰ ਫਿਰ ਵਾਰਨਿੰਗ ਦੇ ਦਿੱਤੀ ਜਾਂਦੀ ਆ ਕਿ ਮਹੀਨੇ ਦਾ ਟਾਈਮ ਆ ਜੇ ਸਿੱਖ ਸਕਦੇ ਹੋ ਠੀਕ ਹੈ ਨਹੀਂ ਤਾਂ ਭਾਈ ਅ